ਤੋ ਇਸ ਮੰਗਲਵਾਰ ਨੂੰ ਜੀ ਆਉਣ ਵਾਲੀ 6 ਤਰੀਕ ਨੂੰ ਤੇ ਬੱਕਰੀਆਂ ਦੇ ਬੱਕਰਿਆਂ ਦੇ ਮੁਕਾਬਲੇ ਕਰਾਏ ਜਾਣਗੇ ਹਜ਼ਾਰਾਂਾਂ ਚ ਨਾਮ ਦਿੱਤੇ ਜਾਣਗੇ ਸਤਿ ਸ੍ਰੀ ਅਕਾਲ ਜੀ ਸਿੱਧੂ ਸਰਦਾਰ ਟੀਵੀ ਦੇਖ ਰਹੇ ਦਰਸ਼ਕਾਂ ਦਾ तहे ਦਿਲੋਂ ਧੰਨਵਾਦ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਕਰਮਗੜਾ ਉਤਾਂ ਲਈ ਜੋ ਕਿ ਹਰ ਮੰਗਲਵਾਰ ਨੂੰ ਮੰਡੀ ਲੱਗਦੀ ਹੈ ਉੱਥੇ ਬੱਕਰੀਆਂ ਦੀ ਸੋ ਇਸ ਮੰਗਲਵਾਰ ਨੂੰ ਜੀ ਆਉਣ ਵਾਲੀ 6 ਤਰੀਕ ਨੂੰ ਉੱਥੇ ਬੱਕਰੀਆਂ ਦੇ ਬੱਕਰਿਆਂ ਦੇ ਮੁਕਾਬਲੇ ਕਰਾਏ ਜਾਣਗੇ ਜੀ ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੱਕਰੀ ਪਾਲਕ ਵੀਰਾਂ ਨੂੰ ਅਤੇ ਵਪਾਰੀ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਉੱਥੇ ਵੱਧ ਤੋਂ ਵੱਧ ਆਪਣੀਆਂ ਬੱਕਰੀਆਂ ਆਪਣੇ ਯਾਰ ਮਾਰ ਰਿੰਗ ਚ ਪਾਓ ਸੋ ਜੋ ਵਧੀਆ ਜਾਨਵਰ ਨਿਕਲਣਗੇ ਉਹਨਾਂ ਨੂੰ ਵਧੀਆ ਦਿਲਖਿੱਚਵੇਂ ਨਾਮ ਦਿੱਤੇ ਜਾਣਗੇ ਸੋ ਹਜ਼ਾਰਾਂ 'ਚ ਨਾਮ ਦਿੱਤੇ ਜਾਣਗੇ ਤੇ ਜੱਜ ਸਹਿਬਾਨ ਹੋਣਗੇ ਡਾਕਟਰ ਜਗਦੀਪ ਸਿੰਘ ਰਧਾਵਾ ਦਾਸ ਭਗਵਾਨ ਸਿੰਘ ਪੁੰਦੇਰ ਸੋ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਇਹ ਪਿੰਡ ਕਰਮਗੜ੍ਹ ਉਹ ਤਾਲੀਆਂ ਜੋ ਇਹ ਮਾਨਸਾ ਤਲਵੰਡੀ ਰੋਡ ਦੇ ਉੱਤੇ ਆ ਜੀ ਸਿੱਧੂ ਮੂਸੇਵਾਲੇ ਪਿੰਡ ਤੋਂ ਅੱਗੇ 4 ਕਿਲੋਮੀਟਰ ਮੱਖਾ ਮੋੜ ਦੇ ਉੱਤੇ ਇਹ ਮੰਡੀ ਲੱਗਦੀ ਹੈ ਰੋਡ ਦੇ ਉੱਤੇ ਮੰਡੀ ਹੈ ਮੰਡੀ ਤੇ ਵਧੀਆ ਬਹੁਤ ਵਧੀਆ ਪ੍ਰਬੰਧ ਨੇ ਜੀ ਸੋ ਇਹ ਜੋ ਆਉਣ ਵਾਲੀ ਹੁਣ ਮੰਗਲਵਾਰ ਦੀ ਅੱਜ ਤਨਤਰੀ ਹੋਗੀ ਜੀ ਯੋਨਰਲੀ ਇਸ 6 ਤਰੀਕ ਨੂੰ ਮੰਗਲਵਾਰ ਨੂੰ ਇਹ ਬੱਕਰਾ ਮੰਡੀ ਲੱਗ ਰਹੀ ਹੀ ਆ ਉਹਦੇ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਨੇ ਜੀ 20 ਕਿਜੀ ਦੀਆਂ ਪੱਠਾਂ 20 ਕਿਜੀ ਦੇ ਬੱਕਰੇ ਤੁਸੀਂ ਰਿੰਗ ਚ ਪਾ ਸਕਦੇ ਹੋ ਤੇ ਉਹ ਖੀਰੇ ਬੱਕਰੇ ਖੀਰੀਆਂ ਪੱਠਾਂ ਦੇ ਮੁਕਾਬਲੇ ਦੋ ਦੰਦ ਚਾਰ ਦੰਦ 6 ਦੰਦ 8 ਦੰਦ ਇਹ ਤੁਸੀਂ ਜਿੱਥੇ ਬੱਕਰੇ ਬੱਕਰੀਆਂ ਰਿੰਗ ਚ ਪਾਓ ਸੋ ਆਪਾਂ ਨੂੰ ਪਤਾ ਲੱਗ ਸਕੇ ਵੀ ਆਪਣੇ ਕੋਲ ਕਿਹੇ ਜੇ ਜਾਨਵਰ ਨੇ ਜ਼ਰੂਰੀ ਨਹੀਂ ਵੀ ਆਪਣੇ ਹੀ ਫਾਸਟ ਆਉਣਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਣਾ ਫਾਸਟ ਆਵੇ ਤੁਖੋ ਜਿਹੜੇ ਜਾਨਵਰ ਸੋਣਾ ਹੋਊ ਫਾਸਟ ਤੋਂ ਉਹੀ ਆਊਗਾ ਜੀ ਸੋ ਇਹ ਮੈਂ ਬੇਨਤੀ ਕਰਦਾ ਵੀ ਆਪ ਨੂੰ ਰਿੰਗ 'ਚ ਜਾਣ ਨਾਲ ਇੰਨਾ ਕ ਫਾਇਦਾ ਹੋ ਜਾਂਦਾ ਵੀ ਆਪ ਨੂੰ ਪਤਾ ਲੱਗ ਜਾਂਦਾ ਆਪਣੇ ਕੋਲ ਕਿਹੇ ਜੀ ਬਰੀਡ ਆ ਆਪਾਂ ਕਿੱਥੇ ਖੜੇ ਆ ਤੇ ਆਉਣ ਵਾਲੀ ਬਰੀਡ ਦਾ ਆਪਾਂ ਸੁਧਾਰ ਕਰ ਸਕਦੇ ਆ ਸੋ ਸਾਰੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਦੇਰ ਬੱਕਰਾ ਮੰਡੀ ਵੱਲੋਂ ਵੀ ਉੱਥੇ ਵੱਤ ਵੱਤ ਜਾਓ ਬਹੁਤ ਵਧੀਆ ਵੀਰ ਨੇ ਉਹ ਬਹੁਤ ਸਲਾਹ ਆ ਜੋ ਕਦਮਾਂ ਦਾ ਚੱਕਿਆ ਜੋ ਉਹਨਾਂ ਨੇ ਬੱਕਰੀ ਪਾਲ ਨੂੰ ਬढ़ावा ਦੇ ਰਹੇ ਨੇ ਵੀਰ ਉਹ ਤੇ ਮੈਂ ਦੁਬਾਰੇ ਫੇਰ ਬੇਨਤੀ ਕਰਦਾ ਬੱਕਰੀ ਪਾਲਕ ਵੀਰਾਂ ਨੂੰ ਤੇ ਵਪਾਰੀ ਵੀਰਾਂ ਨੂੰ ਵੀ ਜਿਨ੍ਹਾਂ ਨੇ ਉੱਥੇ ਰਿੰਗ ਚ ਬੱਕਰੀਆਂ ਬੱਕਰੀਆਂ ਪਾਉਣੇ ਨੇ ਤਾਂ ਉੱਥੇ ਬਾਈ ਜੀ ਮੰਗਲਵਾਰ ਨੂੰ ਆਉਣ ਵਾਲੀ 6 ਤਰੀਕ ਨੂੰ ਉੱਥੇ ਆਪਣੇ ਜਾਨਵਰ ਲੈ ਕੇ ਤੁਸੀਂ ਆਓ ਰਿੰਗ ਚ ਪਾਓ ਜਾਂ ਜੋ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੇ ਬੱਕਰੇ ਹੋਣਗੇ ਉਨ੍ਹਾਂ ਦੀ ਹੀ ਪਾਈ ਜਾਣਗੀ ਕੋਈ ਕਮੇਟੀ ਵੱਲੋਂ ਜਾਂ ਕੋਈ ਆਪ ਦਾ ਬੱਕਰਾ ਸਾਡਾ ਕੋਈ ਇੰਗੇ ਚ ਨਹੀਂ ਪਊਗਾ ਇਸ ਕਰਕੇ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵੀ ਉੱਥੇ ਵੱਧ ਤੋਂ ਵੱਧ ਆਉਣਾ ਜੀ ਸਾਰਿਆਂ ਨੇ ਆਪਣੇ ਬੱਕਰੀਆਂ ਬੱਕਰੀਆਂ ਲੈ ਕੇ ਉਹ ਮੁਕਾਬਲੇ ਦੇ ਵਿੱਚ ਭਾਗ ਲਿਓ ਤੁਹਾਡਾ ਉੱਤੇ ਸਾਰਿਆਂ ਦਾ ਜੀ ਆਇਆਂ ਦਾ ਮੋਸਟ ਵੈਲਕਮ ਵਧੀਆ ਨਾਮ ਇੱਤੇ ਜਾਣਗੇ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ